मदद की जावे, मेरी छत पान जोगी ते मेरी रोटी पानी दा जुगाड़ हो जाए। एक टाइम दी रोटी बनती है वह भी कदी कदी गिली हो जाती है, वह भी साढ़े कर्मा च नहीं होंगी। अमृतसर के बटाला रोड से रहने वाला एक अजिहा परिवार जिसके हालात देख के तुहाडी रूह कंब जाएगी। न सिर ते पक्की छत है, न खाण लई दो वक्त की रोटी ते हाथ जोड़ के परिवार सरकार दे कोलों मदद की अपील कर रहा है। 9 साल की मासूम बच्ची इसे घर दे विच रहिंदी है, जिसका कहना है कि सवेर के वेले सिर्फ रोटी बनती है, उसे नूं ही तिन्ने टाइम खा के गुजारा करना पैंदा है। बांस अते तरपालां दे नाल इक्को कमरा बनिया होया, उसे दे विच रसोई अते बाथरूम भी मौजूद है। पति पत्नी दोवें पहलां कमाई करदे सी, लेकिन घर दे अंदर बीमारी ऐसी वड़दी है कि पूरे घर नूं उजाड़ के रख दिता जांदा है। मामा तिया ने समाज सेवियां अते सरकार दे कोलों हाथ जोड़ के मदद की अपील की है। मासूम का कहना है कि सिर्फ सिर ते पक्की छत पवा दिओ, वह कदे किसी का एहसान नहीं भुलूगी। ਹੋਰ ਕੀ ਕਹਿਣਾ ਸੀ ਇਹਨਾਂ ਦਾ, ਆਓ ਸੁਣਾਉਂਦੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਅੰਤ ਤੱਕ ਵੇਖਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਮੰਮਾ ਪਾਪਾ ਦੀ ਕੋਈ ਮਦਦ ਨਹੀਂ ਕਰਦਾ ਅਤੇ ਮੇਰੇ ਮੰਮਾ ਪਾਪਾ ਦੀ ਮਦਦ ਕੀਤੀ ਜਾਵੇ ਅਤੇ ਜਿੰਨੇ ਵੀ ਮੇਰੇ ਰਿਸ਼ਤੇਦਾਰ ਨੇ ਉਹ ਸਾਡੀ ਕੋਈ ਮਦਦ ਨਹੀਂ ਕਰਦੇ। ਆਪਾਂ ਕਿੰਨੇ ਲੋਕਾਂ ਨੂੰ ਹੈਲਪ ਮੰਗੀਏ ਪਰ ਉਹ ਸਾਡੀ ਮਦਦ ਨਹੀਂ ਕਰਦੇ। मेरे मम्मा पापा भी बीमार रहते हैं तो बस मेरी भैन तो मैं अपा स्कूल जाने पर अपने टैंपू जे अपने टैंपू से जाने पर पैसे नहीं भर सकते तो कृपया करके मेरी मदद की जाए। ना ही साढ़े घर च बत्ती लगी है, ना ही साढ़े घर च बाथरूम हैगा, ना ही साढ़े घर च पानी लगा वा। कृपया करके हमारी मदद की जाए। ਧੰਨਵਾਦ ਕਿ ਜੇ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੁੰਦਾ ਮੈਂ ਤੁਹਾਨੂੰ ਆਪਣਾ ਘਰ ਦਿਖਾ ਦਿੰਦੀ ਹਾਂ। ਧੰਨਵਾਦ। ਹਾਂ ਬੇਟਾ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਨੇਹਾ। ਉਮਰ 9 ਸਾਲ। ਪੜ੍ਹਦੇ ਹੋ? ਹਾਂਜੀ। ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ, ਕੀ ਅਪੀਲ ਲਾਈ ਉਹਦੇ ਵਿੱਚ? ਮੈਂ ਬਸ ਇੱਕ ਹੀ ਗੱਲ ਕਹਿਣਾ ਚਾਹੁੰਦੀ ਆਪਣੇ ਭੈਣ ਭਰਾ ਨੂੰ ਕਿ ਮੇਰੇ ਮਦਦ ਕੀਤੀ ਜਾਵੇ, ਮੇਰੀ ਛੱਤ ਪਾਣ ਜੋਗੀ ਤੇ ਮੇਰੀ ਰੋਟੀ ਪਾਣੀ ਦਾ ਜੁਗਾੜ ਹੋ ਜਾਏ। ਵੀਡੀਓ ਕੋ ਪਾਉਂਦਾ ਮਜਬੂਰੀ ਵੀ ਪਈ, ਪਤਾ ਵੀਡੀਓ ਪਾਉਂਦੀ ਮੇਰੀ ਵੀਡੀਓ ਪਾਉਂਦੀ ਇਹੀ ਮਜਬੂਰੀ ਪਈ ਕਿਉਂਕਿ ਮੇਰੇ ਮੰਮਾ ਔਰ ਪਾਪਾ ਦੋਵੇਂ ਬਿਮਾਰ ਹੋ ਗਏ ਤੇ ਮੇਰੇ ਜਿੰਨੇ ਵੀ ਤਾਇਆ ਤਾਏ ਰਿਸ਼ਤੇਦਾਰ ਜਿੰਨੇ ਵੀ ਹੈਗੇ ਉਹਨਾਂ ਨੇ ਸਾਡੀ ਬਾਂਹ ਨਹੀਂ ਫੜੀ। ਰੋਟੀ ਕਿੰਨੇ ਟਾਈਮ ਬਣਦੀ ਘਰ 'ਚ? ਸਾਡੇ ਘਰ 'ਚ ਇੱਕੋ ਟਾਈਮ ਰੋਟੀ ਬਣਦੀ। ਸਕੂਲ ਜਾਂਦੇ? ਜੀ। ਅੱਜ ਨਹੀਂ ਗਏ ਤੁਸੀਂ ਆਟੋ ਦੇ? ਆਟੋ ਦੇ ਪੈਸੇ ਨਹੀਂ ਭਰੇ, ਲੈਣ ਵੀ ਨਹੀਂ ਜਾਂਦਾ। ਬਹੁਤ ਗਰਮੀ ਲੱਗਦੀ ਅੰਦਰ ਜੀ। ਲੱਗਦੀ ਪਾਣੀ ਦਾ ਇੰਤਜ਼ਾਮ ਹੈਗਾ? ਕੀ ਅਪੀਲ ਲਾਉਣੀ ਚਾਹੁੰਦੇ ਹੁਣ ਦੁਬਾਰਾ ਤੋਂ? ਮੈਂ ਆਪਣੇ ਭੈਣ ਭਰਾ ਨੂੰ ਕਹਿਣਾ ਚਾਹੁੰਦੀ ਕਿ ਮੇਰੀ ਮਦਦ ਕੀਤੀ ਜਾਵੇ ਤੇ ਮੇਰੀ ਛੱਤ ਪਾਣ ਜੋਗੀ ਜੁਗਾੜ ਹੋ ਜਾਏ। ਮੋਬਾਈਲ ਨੰਬਰ ਬੋਲ ਦਿਓ। 9781064878। ਐਡਰੈਸ? ਬਟਾਲਾ ਰੋਡ ਮੁਸਤਾਬਾਦ ਬਿਜਲੀ ਘਰ ਦੀ ਬੈਕ ਸਾਈਡ ਤੇ। ਹਾਂਜੀ ਭੈਣ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਸੰਧਿਆ। ਕਿੱਥੇ ਰਹਿੰਦੇ? ਬਿਜਲੀ ਘਰ ਬਟਾਲਾ ਰੋਡ ਬੈਕ ਸਾਈਡ ਤੇ, ਬੱਬੂ ਦੀ ਹਵੇਲੀ ਦੇ ਸਾਹਮਣੇ। ਤੁਹਾਡੀ ਬੇਟੀ ਨੇ ਇੱਕ ਵੀਡੀਓ ਪਾਈ ਹੈ ਵਾਇਰਲ। ਹਾਂਜੀ। ਕਾਨ ਕੀ ਬਣ ਗਿਆ? ਕੀ ਮਜਬੂਰੀ ਰਹੀ? ਸਰ ਮੈਂ ਕਾਫੀ ਬਿਮਾਰ ਰਹੀ ਹਾਂ ਤੇ ਅਸੀਂ ਸਾਨੂੰ ਕਿਰਾਏ ਦੇ ਘਰ ਤੋਂ ਵੀ ਕੱਢ ਦਿੱਤਾ। ਅਸੀਂ ਕਿਰਾਇਆ ਭਰਨ ਜੋਗੇ ਨਹੀਂ ਹੈ ਤਾਂ ਅਸੀਂ ਆਪਣੇ ਪਲਾਟ ਦੇ ਵਿੱਚ ਤਰਪੈਲ ਪਾ ਕੇ ਰਹਿਣ ਡੇ। ਸਰ ਮੈਂ ਇੰਨੇ ਜੋਗੀ ਨਹੀਂ ਹੈਗੀ ਕਿ ਮੈਂ ਆਪਣੇ ਬੱਚਿਆਂ ਦੀ ਫੀਸਾਂ ਭਰ ਚੁੱਕਾ ਜਾਂ ਬੱਚਿਆਂ ਨੂੰ ਸਕੂਲ ਭੇਜ ਸਕਾਂ। ਕਿੰਨੇ ਚਿਰ ਤੋਂ ਰਹਿ ਰਹੇ ਉੱਥੇ? ਸਾਨੂੰ ਹੋ ਗਿਆ 1.5 ਮਹੀਨਾ ਹੋ ਗਿਆ ਅਸੀਂ ਬਿਨਾਂ ਕਮਰੇ 'ਚ। ਸਰ ਅਸੀਂ ਉਸੇ ਕਮਰੇ ਦੇ ਵਿੱਚ ਸਾਡੀ ਰਸੋਈ, ਉਸੇ ਕਮਰੇ ਦੇ ਵਿੱਚ ਸਾਡਾ ਬਾਥਰੂਮ ਬਣਿਆ ਹੈ। ਕਿੰਨੇ ਕੁ ਬੁਰੇ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ? ਬਹੁਤ ਜ਼ਿਆਦਾ ਮੇਰੇ ਬੁਰੇ ਹਾਲਾਤ ਹੈ, ਬਹੁਤ ਹੀ ਮਾੜੇ ਹਾਲ ਹੈ। ਜਦੋਂ ਮੀਂਹ ਬਾਰਿਸ਼ ਹੁੰਦਾ ਕੀ ਹਾਲਾਤ ਬਣ ਜਾਂਦੇ? ਸਾਰਾ ਮੀਂਹ ਦਾ ਪਾਣੀ ਅੰਦਰ ਵੜਦਾ, ਕੱਪੜੇ ਭਾਂਡੇ ਸਭ। ਇੱਕ ਟਾਈਮ ਦੀ ਰੋਟੀ ਬਣਦੀ ਹੈ ਉਹ ਵੀ ਕਦੀ ਕਦੀ ਗਿੱਲੀ ਹੋ ਜਾਂਦੀ ਹੈ, ਉਹ ਵੀ ਸਾਡੇ ਕਰਮਾਂ 'ਚ ਨਹੀਂ ਹੁੰਦੀ। ਬੱਚੀ ਦੱਸ ਰਹੀ ਤੁਸੀਂ ਬਿਮਾਰ ਰਹਿੰਦੇ ਹੋ, ਇਹਨਾਂ ਦੇ ਪਿਤਾ ਜੀ ਵੀ ਬਿਮਾਰ ਹੈ, ਕੀ ਸਟੇਜ? ਹਾਂਜੀ, ਕਾਫੀ ਉਹਨਾਂ ਨੂੰ 2 ਮਹੀਨੇ ਹੋ ਗਏ ਉਹ ਵੀ ਬਿਮਾਰ ਹੈਗੇ ਅਤੇ ਮੈਂ ਵੀ ਕਾਫੀ ਬਿਮਾਰ ਹੈਗੀ ਹਾਂ। ਕੀ ਅਪੀਲ ਲਾਉਣੀ ਚਾਹੁੰਦੇ ਹੋ? ਮੇਰੇ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ, ਮੇਰੀ ਹੈਲਪ ਕੀਤੀ ਜਾਵੇ। ਕਿਸ ਤਰ੍ਹਾਂ ਦੀ ਹੈਲਪ ਚਾਹੀਦੀ? ਮੇਰੀ ਛੱਤ ਪਾਣ ਜੋਗੀ ਸਰ ਕੁਛ ਹੈਲਪ ਹੋ ਜਾਵੇ, ਮੇਰੀ ਰੋਟੀ ਪਾਣੀ ਦਾ ਜੁਗਾੜ ਹੋ ਜਾਵੇ, ਨਾਲੇ ਮੇਰੇ ਬੱਚਿਆਂ ਦੀ ਫੀਸਾਂ ਭਰਨ ਜੋਗਾ ਮੇਰਾ ਇੰਤਜ਼ਾਮ ਹੋ ਜਾਵੇ।
ਹੈ।